ਐਬਸੋਲੂਟ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਜੀ ਅੱਜ ਮੈਂ ਇੱਕ ਬਿਲਕੁਲ ਵੱਖਰੇ ਵਿਸ਼ੇ ਤੇ ਗੱਲ ਕਰਨ ਜਾ ਰਿਹਾ ਕਿਉਂਕਿ ਹੁਣ ਪੰਜਾਬੀ ਦੇ ਜਿਹੜੇ ਆਪਾਂ ਸਬਕ ਪਾਠ ਸ਼ੁਰੂ ਕੀਤੇ ਉਹਦੇ ਨਾਲ-ਨਾਲ ਆਪਾਂ ਹੋਰ ਵਿਸ਼ਿਆਂ ਤੇ ਵੀ ਗੱਲਬਾਤ ਕਰੀਏ ਤਾਂ ਚੰਗੀ ਗੱਲ ਆ ਨੌਲੇਜ ਵੀ ਵੱਧਦੀ ਆ ਮੈਨੂੰ ਵੀ ਕਾਫੀ ਸਿੱਖਣ ਨੂੰ ਮਿਲਦਾ ਜਦੋਂ ਸਾਡੇ ਦੇਖਣ ਵਾਲੇ ਸਰੋਤੇ ਜਾਂ オーਡੀਐਂਸ ਜਿਹੜੇ ਸਬਸਕ੍ਰਾਈਬਰ ਆ ਉਹ ਆਪਣੀ ਸਲਾਮ ਅਸ਼ਪਰਾ ਦਿੰਦੇ ਆ ਤੇ ਥੋੜੇ ਦਿਨ ਹੋਏ ਮੇਰੀ ਗੱਲਬਾਤ ਕਿਸੇ ਦੋਸਤ ਨਾਲ ਹੋਈ ਤੇ ਉਹਨੇ ਮੈਨੂੰ ਕਿਹਾ ਕਿ ਮੰਗਤੇ ਬਹੁਤ ਤੰਗ ਕਰਦੇ ਆ ਇਹ ਨਾ ਮੁਲਕਾਂ ਦੇ ਵਿੱਚ ਵੀ ਮੰਗਤੇ ਆ ਆ ਕਾਫੀ ਸੜਕਾਂ ਤੇ ਖੜੇ ਆ ਭਾਰਤ ਵਿੱਚ ਵੀ ਹੈਗੇ ਹਰੇਕ ਮੁਲਕ ਦੇ ਵਿੱਚ ਮੰਗਤੇ ਆ ਤੇ ਮੈਂ ਉਹਨੂੰ ਆ ਸੁਧਾਰਨੀ ਪੁੱਛ ਲਿਆ ਉਹਦਾ ਕਿ ਤੁਸੀਂ ਮੰਗਤਾ ਕਿਹਨੂੰ ਕਹਿ ਰਿਹਾ ਤੇ ਮੈਂ ਇੱਥੇ ਇੱਕ ਗੱਲ ਦਾ ਚੈਲੰਜ ਕਰ ਸਕਦਾ ਤੁਹਾਨੂੰ ਸਾਰਿਆਂ ਨੂੰ ਕਿ ਮੰਗਤਾ ਕੌਣ ਹੈ ਇਸ ਦੀ ਪ੍ਰਵਾਹਾਸ਼ਾ ਜਾਂ ਕਹਿਣਾ ਕਿ ਮੰਗਤਾ ਕੌਣ ਹੈ ਇਹ ਇਹਨਾਂ ਸੋਖਾ ਨਹੀਂ ਆਥਲੀ ਕਮੈਂਟ ਤੁਸੀਂ ਆ ਸਾਫ਼ ਸੁਥਰੀ ਆ ਪਾਸ਼ਾ ਦੇ ਵਿੱਚ ਆਪਣੇ ਕਮੈਂਟ ਦੱਸ ਸਕਦੇ ਕਿ ਤੁਸੀਂ ਮੰਗਤਾ ਕਿ ਇਹਨੂੰ ਸਾਂਝ ਦਿਓ ਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਜਿਹੜਾ ਕੋਈ ਬੰਦਾ ਤੁਹਾਡੇ ਕੋਲੋਂ ਚੀਜ਼ ਮੰਗਣ ਆਉਂਦਾ ਸਾਨੂੰ ਇੱਕਦਮ ਲੱਗਦਾ ਕਿ ਜੇ ਮੰਗਤੇ ਦੀ ਗੱਲ ਕਰੀਏ ਕਿ ਕੋਈ ਆਦਮੀ ਚਾਹੇ ਉਹ ਬੁੱਢਾ ਹੋਵੇ ਜੰਗ ਮੁੰਡਾ ਹੋਵੇ ਜਾਂ ਬੱਚਾ ਹੋਵੇ ਚਾਹੇ ਔਸਤਰੀ ਹੋਵੇ ਬੱਚੀ ਜਾਂ ਬੁੱਢੀ ਪਾਟੇ ਕੱਪੜੇ ਪਾਏ ਹੋਣੇ ਆ ਗੰਦੇ ਮੰਦੇ ਤੇ ਮੂੰਹ ਨਹੀਂ ਤੋਤਾ ਹੋਣਾ ਤੇ ਸਾਡੇ ਆ ਕੇ ਘਰ ਮੋਰੇ ਆਟਾ ਦਾਣਾ ਜਾਂ ਪੈਸੇ ਉਹ ਮੰਗਦੇ ਜਾਂ ਕਿਸੇ ਮੋੜ ਤੇ ਕੜੇ ਹੋਣੇ ਆ ਪਰ ਜੇ ਆਪਾਂ ਉਹਨਾਂ ਨੂੰ ਇਕੱਲਿਆਂ ਨੂੰ ਮੰਗਤੇ ਕਹਿੰਨੇ ਆ ਤਾਂ ਫੇਰ ਜਿਹੜੇ ਅਮੀਰ ਬੰਦੇ ਆਪਣੇ ਆਪ ਨੂੰ ਬਹੁਤ ਸਟੈਂਡਰਡ ਦੇ ਸਮਝੇ ਉਹ ਵੀ ਮੰਗਣ ਆਉਂਦੇ ਆ ਉਹਨਾਂ ਨੂੰ ਫਿਰ ਆਪਾਂ ਕੀ ਕਹਾਂਗੇ ਮੈਂ ਥੋੜਾ ਜਿਹਾ ਇਹ ਜਿਹੜਾ ਸੈਗਮੈਂਟ ਆ ਬਹੁਤਾ ਲੰਮਾ ਨਹੀਂ ਕਰਾਂਗਾ ਮੈਂ ਥੋੜੀ ਜਿਹਾ ਤੁਹਾਨੂੰ ਗੱਲਬਾਤ ਕਰਦਾ ਜੀ ਜੇ ਕਮੈਂਟ ਕਾਫੀ ਆਏ ਤੇ ਆਪਾਂ ਇਹਦੇ ਤੇ ਸੈਗਮੈਂਟ ਹੋਰ ਵੀ ਬਣਾ ਸਕਦੇ ਤੁਹਾਨੂੰ ਸੋਚਣ ਲਈ ਸਿਰਫ ਇਹ ਮੈਂ ਥੋੜੀ ਜਿਹਾ ਲਾਈਨਾਂ ਇੱਥੇ ਆਪਣੀਆਂ ਦੱਸਾਂਗਾ ਕਹਾਂਗਾ ਤੁਹਾਡੇ ਨਾਲ ਸਾਂਝ ਪਾਉਣ ਲਈ ਕਿ ਮੰਗਤੇ ਦੀ ਪ੍ਰਵਾਸਾ ਦੇਣੀ ਇੰਨੀ ਸੋਖੀ ਨਹੀਂ ਹੈ ਚਲੋ ਠੀਕ ਆ ਲੋ ਗਰੀਬ ਆ ਜਿਹੜੇ ਆਉਂਦੇ ਆ ਤੁਹਾਡੇ ਮੰਗਣ ਪਰ ਮੈਂ ਇਹ ਦੇਖਦਾ ਕਿ ਕਈ ਵਾਰ ਬੰਦਾ ਘਰੋਂ ਤੰਗ ਹੁੰਦਾ ਉਹ ਮੰਗਤਾ ਉਦੋਂ ਕਿਤੇ ਵਜੋਂ ਨਹੀਂ ਉਹ ਵੀ ਤੁਹਾਡੇ ਕੋਲ ਮਦਦ ਮੰਗਣ ਆਉਂਦਾ ਫੇਰ ਆਪਾਂ ਕਹਿੰਦੇ ਜੀ ਉਹ ਮਦਦ ਮੰਗਣ ਆਇਆ ਸੀ ਪਰ ਉਧਾਰ ਮੰਗਣ ਆਇਆ ਸੀ ਚਲੋ ਠੀਕ ਆ ਫੇਰ ਆਪਾਂ ਦੋਸ਼ ਰੇਣੀਆਂ ਬਣਾਉਣੀਆਂ ਪੈਣੀਆਂ ਕਿ ਮੰਗਤਾ ਉਧਾਰ ਮੰਗਣ ਆਲਾ ਜਾਂ ਜਿਹੜੇ ਦੂਜੇ ਆਉਂਦੇ ਜਿਹੜੇ ਇੱਕ ਵਾਰੀ ਚੀਜ਼ ਲੈ ਕੇ ਉਹਨੂੰ ਮੋੜਨੀ ਹੀ ਨਹੀਂ ਜੇ ਮੋੜਨੀ ਨਹੀਂ ਜਿਨੇ ਉਹਨੂੰ ਆਪਾਂ ਮੰਗਤਾ ਗਣਦੇ ਆਂ ਤਾਂ ਫੇਰ ਵੱਡ ਵੱਡੇ ਲੀਡਰ ਜਿਹੜੇ ਆ ਉਹ ਇਲੈਕਸ਼ਨਾਂ ਵੇਲੇ ਤੁਹਾਡੇ ਕੋਲ ਆਉਂਦੇ ਆ ਜੀ ਸਾਨੂੰ ਇੰਗਲਿਸ਼ ਤੇ ਬੈਡ ਡੋਨੇਸ਼ਨ ਕਹਿ ਦਿੰਦੇ ਆ ਤੁਸੀਂ ਵੀ ਆਪਣਾ ਤਿਲਫਲ ਪਾਓ ਜੀ ਵਿੱਚ ਉਹਨੂੰ ਫੇ ਆਪਾਂ ਕੀ ਕਹਾਂਗੇ ਉਹ ਮੰਗਤੇ ਨਹੀਂ ਉਹਨੇ ਵੀ ਤੁਹਾਨੂੰ ਦੇਣਾ ਨਹੀਂ ਮੁੜ ਕੇ ਕੁਛ ਵੀ ਵੱਡ ਵੱਡੇ ਧਾਰਮਿਕ ادارے ਜਿਹੜੇ ਕਰੋੜਾਂ ਅਰਬਾਂ ਪਹਿਲਾਂ ਤਾਂ ਆਪਾਂ ਲੱਖਾਂ ਕਰੋੜਾਂ ਕਹਿੰਦੇ ਸੀ ਹੁਣ ਅਰਬਾਂ ਤਾਂ ਇੱਕ ਕੱਲ ਗਈ ਆ ਤੁਹਾਨੂੰ ਵੀ ਪਤਾ ਕਿ ਕਈ ਮੰਦਰਾਂ ਕੋਲ ਜਾਂ ਗੁਰਦੁਆਰਿਆਂ ਕੋਲ ਮਸੀਤਾਂ ਕੋਲ ਅਰਬਾਂ ਅਰਬਾਂ ਦਾ ਹੀ ਸੋਨਾ ਗਹਿਣੇ ਪਏ ਆ ਉਹ ਫੇਰ ਵੀ ਲੋਕਾਂ ਕੋ ਪੈਸੇ ਮੰਗਦੇ ਰਹਿੰਦੇ ਆ ਅਸੀਂ ਸੇਵਾ ਕਰਾਓ ਜੀ ਅਸੀਂ ਗੁਰਦੁਆਰੇ ਤੇ ਆਹ ਕਰਨਾ ਅਸੀਂ ਮਸੀਤ ਤੇ ਆਹ ਕਰਨਾ ਮੰਦਰ ਦੇ ਵਿੱਚ ਆਹ ਕਰਨਾ ਲੰਗਰ ਚਲਾਉਣਾ ਆਹ ਕਰਨਾ ਆਪਣੀ ਜੀ ਸੇਵਾ ਕਰੋ ਫੇਰ ਉਹਨਾਂ ਨੂੰ ਕੀ ਖਾਂਗੇ ਉਹ ਮੰਗਤੇ ਨਹੀਂ ਹੈ ਮੰਗਦੇ ਚਾਹੇ ਕੇਸ ਕਮਲੇ ਮਰਜੀ ਕਾਰਨ ਫਿਰ ਚੈਰਿਟੀ ਲਈ ਲੋਕੀ ਆਉਂਦੇ ਸਾਡੇ ਕੋਲ ਚੈਰਿਟੇਬਲ ਆਰਗੇਨਾਈਜੇਸ਼ਨਸ ਉਹ ਵੀ ਮੰਗਦੇ ਆ ਮੁੜ ਕੇ ਉਹਨਾਂ ਨੇ ਵੀ ਨਹੀਂ ਦੇਣਾ ਉਹ ਵੀ ਮੰਗਤਿਆਂ ਚਾਹੁੰਦੇ ਆ ਅਸੀਂ ਇੱਥੇ ਦੇਖਦੇ ਆ ਕੈਨੇਡਾ 'ਚ ਬੈਠੇ ਆ ਭਾਰਤ ਵਿੱਚ ਵੀ ਕੇ ਇੰਡੀਆ ਦੇ ਵਿੱਚ ਉਹ ਵੀਡੀਓ ਪਾ ਦਿੰਦੇ ਆ ਕਿ ਆ ਬੰਦਾ ਜੀ ਘਰੋਂ ਭੁੱਖਾ ਮਰਦਾ ਇਹਦੇ ਕੋਲ ਘਰ ਹੈ ਨਹੀਂ ਇਹਦੇ ਬੱਚੇ ਪੜ੍ਹ ਨਹੀਂ ਹੈ ਨਹੀਂ ਬਿਮਾਰੀ ਦਾ ਇਲਾਜ ਕਰਾਉਣਾ ਤੁਸੀਂ ਇਹਦੀ ਮਦਦ ਕਰੋ ਕਿ ਉਹਨਾਂ ਨੂੰ ਫਿਰ ਆਪਾਂ ਮੰਗਤੇ ਨਹੀਂ ਕਹਾਂਗੇ ਆਪਣੇ ਕੋਈ ਵਾਰ ਰਿਸ਼ਤੇਦਾਰ ਵੀ ਚੀਜ਼ ਮੰਗਣ ਆ ਜਾਂਦੇ ਆ ਮਾਜੀ ਤੇਰੀ ਕਾਰ ਚਾਹੀਦੀ ਆ ਜਾਂ ਹੋਰ ਕੋਈ ਮਾੜੀ ਮੋਟੀ ਚੀਜ਼ ਚਾਹੀਦੀ ਆ ਫਿਰ ਸਾਨੂੰ ਪਹਿਲਾਂ ਤਾਂ ਇਹ ਬਣਾਉਣਾ ਪੈਣਾ ਕਿ ਮੰਗਤਿਆਂ ਦੀਆਂ ਕਿਸਮਾਂ ਕਿੰਨੀਆਂ ਆ ਕਿਆ ਉਹ ਕਿਸਮਾਂ ਇਹ ਨਹੀਂ ਸੱਤੋਂ ਪੂਰੀਆਂ ਹੋਣਿਆ ਇਸ ਕਰਕੇ ਕਹਿਣਾ ਕਿ ਕੋਈ ਬੰਦਾ ਮੰਗਤਾ ਉਹਦੀ ਪ੍ਰਭਾਸ਼ਾ ਪਹਿਲਾਂ ਸਾਨੂੰ ਟੋਲਣੀ ਪੈਣੀ ਆ ਕਿ ਕਿਸ ਤਰੀਕੇ ਨਾਲ ਤੁਸੀਂ ਕਹਿੰਦੇ ਆ ਕਿ ਜੀ ਮੰਗਤਾ ਅਮੀਰ ਬੰਦੇ ਜਿਹੜੇ ਆ ਉਹ ਜਦੋਂ ਮਦਦ ਮੰਗਦੇ ਉਹ ਵੱਡੇ ਬੰਗਤੇ ਆ ਛੋਟੇ ਮੰਗਤੇ ਨੂੰ ਤਾਂ ਆਪਾਂ ਡਾਲਰ ਦੋ ਡਾਲਰ ਜਾਂ ਇੰਡੀਆ ਦੇ ਵਿੱਚ 5 7 10 50 ਰੁਪਏ ਦੇ ਕੇ ਤੋਰ ਦਵਾਂਗੇ ਪਰ ਜੇ ਕੋਈ ਲੀਡਰ ਆਉਂਦਾ ਜੀ ਉਹ ਤਾਂ ਤੋਂ ਲੱਖਾਂ ਦੇ ਹਿਸਾਬ ਨਾਲ ਮੰਗਦਾ ਮੰਗਦਾ ਵੀ ਰੋਬ ਨਾਲ ਆ ਕਿ ਪੈਸੇ ਦੇਓ ਸਾਨੂੰ ਤੁਹਾਨੂੰ ਵੀ ਪਤਾ ਹੁੰਦਾ ਕੋਈ ਕੰਮ ਕਰਾਉਣਾ ਚਲੋ ਇਹਦੀ ਮਦਦ ਆਪਾਂ ਕਰ ਲਈਏ ਤੇ ਮੇਰੇ ਖਿਆਲ ਦੇ ਵਿੱਚ ਕੋਈ ਬੰਦਾ ਇਦਾਂ ਦਾ ਹੋਣਾ ਸ਼ਾਇਦ ਬਹੁਤ ਘੱਟ ਕਿ ਜਿਨੇ ਕਿਸੇ ਤੋਂ ਕਦੇ ਕੋਈ ਚੀਜ਼ ਨਾ ਮੰਗੀ ਹੋਵੇ ਜਾਂ ਕਿਸੇ ਤਰ੍ਹਾਂ ਦੀ ਮਦਦ ਨਾ ਮੰਗੀ ਹੋਵੇ ਇਹਦਾ ਮਤਲਬ ਅਖਰ ਜਿਹੜਾ ਕੋਈ ਚੀਜ਼ ਮੰਗਣੀ ਆਧਾਰੀ ਜਾਂ ਕੋਈ ਵੀ ਪਹਿਲੀ ਗੱਲ ਤਾਂ ਉਹ ਮੰਗਣ ਵਾਲਾ ਮੰਗਤਾ ਹੀ ਹੁੰਦਾ ਤੇ ਜੇ ਮੈਂ ਕਹਾਂ ਕਿ ਕੋਈ ਬੰਦਾ ਹੈ ਹੀ ਨਹੀਂ ਜਿਨੇ ਕਦੇ ਨਹੀਂ ਮੰਗਿਆ ਉਹ ਇੱਕ ਹੋਰ ਸ਼੍ਰੇਣੀ ਦੇ ਵਿੱਚ ਫਿੱਟ ਵੀ ਹੋ ਜਾਂਦੇ ਆ ਕਿ ਮੰਨੇ ਕੋ ਇਨਾ ਮੇਰੇ ਖਿਆਲ ਮੈਨੂੰ ਪਤਾ ਵੀ ਕਾਫੀ ਲੋਕਾਂ ਨੇ ਮੰਨਣਾ ਨਹੀਂ ਕਿ ਨਹੀਂ ਜੀ ਮੈਂ ਤਾਂ ਇਦਾਂ ਦਾ ਹੈ ਹੀ ਨਹੀਂ ਅਸੀਂ ਜਦੋਂ ਗੁਰਦੁਆਰੇ ਜਾਂ ਮੰਦਰ ਦੇ ਵਿੱਚ ਮਸੀਤ ਚਰਚ ਵਿੱਚ ਜਾਂਦੇ ਆ ਉੱਥੇ ਮੈਨੂੰ ਸੋਚ ਕੇ ਦੱਸੋ ਵੀ ਕੀ ਕਰਨ ਜਾਂਦੇ ਆਪਾਂ ਕਈ ਕਹਤ ਨੇ ਲੋਕੀ ਮੈਂ ਮੰਗਿਆ ਕੁਛ ਨਹੀਂ ਜੀ ਮੈਂ ਤਾਂ ਕਹਿਣ ਮੈਨੂੰ ਸੁੱਖ ਸ਼ਾਂਤੀ ਚਾਹੀਦੀ ਆ ਤੁਸੀਂ ਸੁੱਖ ਸ਼ਾਂਤੀ ਮੰਗੀ ਆ ਮੰਗਿਆ ਤਾਂ ਆਇਆ ਨਾ ਜ਼ਰੂਰੀ ਨਹੀਂ ਕਿ ਰਪਈਆਂ ਪੈਸਿਆਂ ਦੀ ਚੀਜ਼ ਮੰਗਣ ਵਾਲਾ ਬੰਦਾ ਮੰਗਤਾ ਹੋਵੇ ਕਿਉਂਕਿ ਕਿਹੋ ਜਿਹਾ ਜਦ ਮੰਗਤੇ ਆਉਂਦੇ ਆ ਉਹ ਪੈਸੇ ਤਾਂ ਮੰਗਦੇ ਹੀ ਨਹੀਂ ਉਹ ਕਹਿੰਦੇ ਮੈਨੂੰ ਰੋਟੀ ਦੇ ਦੇ ਮੈਨੂੰ ਕੱਪੜਾ ਦੇ ਦੇ ਜੇ ਟੁੱਟੀ ਜੁੱਤੀ ਹੈਗੀ ਸ਼ੂ ਆਪਰਾਣੇ ਉਹ ਮੈਨੂੰ ਦੇ ਦਿਓ ਪੱਗ ਦੇ ਦਿਓ ਇਸ ਕਰਕੇ ਕਿ ਅਸੀਂ ਕਹੀਏ ਕਿ ਸਿਰਫ ਪੈਸਿਆਂ ਵਾਲਾ ਹੈ ਮੰਗਣ ਵਾਲਾ ਮੰਗਤਾ ਨਹੀਂ ਅਸੀਂ ਚੀਜ਼ਾਂ ਮੰਗਦੇ ਆ ਤੇ ਮੈਂ ਉਮੀਦ ਕਰਦਾ ਕਿ ਮੈਂ ਇਹ ਥੋੜਾ ਜਿਹਾ ਜਿਹੜਾ ਹੈ ਤੁਹਾਨੂੰ ਆਈਡੀਆ ਦਿੱਤਾ ਕਿ ਮੰਗਤੇ ਨੂੰ ਐਕਸਪਲੇਨ ਕਰਨ ਉਹਦੀ ਪ੍ਰਵਾਹਸ਼ਾ ਦੇਣੀ ਇੰਨੀ ਸੌਖੀ ਨਹੀਂ ਸ਼ਾਇਦ ਤੁਸੀਂ ਨਾ ਸੋਚਿਆ ਹੋਵੇ ਕਿ ਜੋ ਤੁਹਾਡੇ ਕੋਲ ਬਹੁਤ ਵਧੀਆ ਪ੍ਰਵਾਹਸ਼ਾ ਹੈਗੀ ਜੇ ਤੁਸੀਂ ਕੀ ਕਹਿਣਾ ਚਾਹਦੇ ਹੋ ਤੇ ਬਾਰੇ ਕਮੈਂਟਸ ਦੇ ਵਿੱਚ ਤੁਸੀਂ ਮੈਨੂੰ ਦੱਸ ਸਕਦੇ ਮੈਨੂੰ ਪ੍ਰਾਈਵੇਟ ਮੈਸੇਜ ਤੁਸੀਂ ਦੇ ਸਕਦੇ ਹੋ ਦੱਸ ਸਕਦੇ ਆ ਤੇ ਉਸ ਬੇਸ ਤੇ ਆਪਾਂ ਥੋੜਾ ਜਾ ਲੰਮਾ ਜਿਹੜਾ ਸੈਗਮੈਂਟ ਹੋਰ ਵੀ ਬਣਾ ਸਕਦੇ ਆ ਵੈਸੀ ਮੈਂ ਤੁਹਾਨੂੰ ਇਹਦੇ ਨਾਲ ਦੱਸਤਾਂ ਕਿ ਮੈਂ ਯੂਕੇ ਸਕਾਟਲੈਂਡ ਦੇ ਵਿੱਚ ਇੱਕ ਯੂਨੀਵਰਸਿਟੀ ਆ ਬੜੀ ਬਹੁਤ ਤਕੜੀ ਯੂਨੀਵਰਸਿਟੀ ਆ ਇੰਟਰਨੈਟ ਤੇ ਵੀ ਚੈੱਕ ਕਰ ਸਕਦੇ ਹੋ ਗਲਾਸਗੋ ਕੈਲੇਡੋਨੀਅਨ ਯੂਨੀਵਰਸਿਟੀ ਉੱਥੋਂ ਮੈਂ ਸੋਸ਼ਲ ਸਾਇੰਸ ਦੀ ਬੀਏ ਕੀਤੀ ਐ ਇੱਕ ਵਾਰ ਮੈਂ ਸਾਡੇ ਜਿਸ ਤਰ੍ਹਾਂ ਪਰਚਾ ਪੇਪਰ ਲਿਖਣਾ ਹੀ ਹੁੰਦਾ ਐਗਜ਼ਾਮਾਂ ਤੋਂ ਪਹਿਲਾਂ ਐਸੇ ਤੇ ਮੈਂ ਲਿਖਿਆ ਸੀਗਾ ਬੈਗਰਸ ਤੇ ਮੰਗ ਤੇ ਆ ਤੇ ਮੈਨੂੰ ਉਸ ਟਾਈਮ ਤੇ ਪਹਿਲੀ ਵਾਰੀ ਪਤਾ ਲੱਗਾ ਕਿ ਮੈਂ ਬੜੀਆਂ ਕਿਤਾਬਾਂ 10 12 ਕਿਤਾਬਾਂ ਪੜੀਆਂ ਹੋਣੀਆਂ ਆ ਕਿ ਮੈਨੂੰ ਮੰਗਤੇ ਦੀ ਪ੍ਰਵਾਹਸ਼ਾ ਨਹੀਂ ਲੱਭੀ ਕਿ ਮੰਗਤਾ ਹੈ ਕੌਣ ਸ਼ਾਇਦ ਤੁਹਾਡੇ ਵਿੱਚੋਂ ਕੋਈ ਬੰਦਾ ਬਹੁਤ ਜ਼ਿਆਦਾ ਸਿਆਣਾ ਹੋਵੇ ਉਹ ਟੋਲ ਲਵੇ ਤੇ ਸਾਨੂੰ ਵੀ ਪਤਾ ਲੱਗ ਜਾਊ ਮੈਂ ਇਸ ਤਰ੍ਹਾਂ ਦੇ ਐਸੇ ਵਗੈਰਾ ਹੋਰ ਜਿਹੜੇ ਜਾਂ ਕੋਈ ਕਿਉਂਕਿ ਜਿਹੜਾ ਸੀਰੀਅਸਲੀ ਤੁਸੀਂ ਇੱਕੋ ਇੱਕ ਤਰ੍ਹਾਂ ਦੇ ਸਾਵਕ ਪਾਉਂਦੇ ਰਹਿਣਾ ਕਿ ਜ਼ੁਬਾਨ ਬੋਲਣ ਦੇ ਲਿਖਣ ਦੇ ਉਹਦੇ ਨਾਲ ਬਹੁਤੀ ਸਾਨੂੰ ਕਈ ਵਾਰੀ ਜਿਹੜੀ ਨੌਲੇਜ ਆ ਜਾਂ ਗਿਆਨ ਨਹੀਂ ਪਤਾ ਇੱਕ ਮੈਂ ਸੋਚਦਾ ਕਿ ਮੈਂ ਸਬਕ ਬਣਾਵਾ ਕਿ ਜਿਹੜਾ ਗਿਆਨ ਆ ਗਿਆਨ ਕੀ ਆ ਅਕਲ ਕੀ ਆ ਇਹਦਾ ਫਰਕ ਕੀ ਆ ਕਿਉਂਕਿ ਕਾਫੀ ਤੁਹਾਨੂੰ ਪਤਾ ਜਿਹੜੇ ਵਿਦਵਾਨ ਲੋਕ ਆ ਜਾਂ ਹੈਗੇ ਆ ਵਿਦਵਾਨ ਜਾਂ ਜਿਹੜੇ ਆਪਣੇ ਆਪ ਨੂੰ ਸਾਵੇਂ ਤੇ ਆ ਵਿਦਵਾਨ ਉਹ ਕਾਫੀ ਇਹਦੇ ਤੇ ਚਰਚਾ ਕਰਦੇ ਆ ਤੇ ਮੈਂ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਜਿਹੜੀ ਮੈਨੂੰ ਇੱਕ ਦੋ ਬੰਦਿਆਂ ਨੇ ਕਿਹਾ ਕਿ ਜਿਹੜੇ ਪ੍ਰਵਾਹਾ ਕਿਸੇ ਚੀਜ਼ ਦੀ ਆ ਉਹ ਤਾਂ ਚਲੋ ਕਾਫੀ ਓਕੀ ਹੋ ਜਾਂਦੀ ਆ ਪਰ ਜਿਹੜੇ ਸਾਡੇ ਮੁਹਾਵਰੇ ਤੇ ਉਖਾਉਤਾਂ ਜਿਹੜੀਆਂ ਅਖਾਉਤਾਂ ਜਿਹੜੀਆਂ ਮੁਹਾਵਰੇ ਕਹਾਣੇ ਵੀ ਕਿਹ ਕਹਿੰਦੇ ਵੋ ਮਰਦੇ ਜਾ ਰਹੇ ਆ ਉਹਨਾਂ ਬਾਰੇ ਵੀ ਮੈਂ ਕੋਈ ਨਾ ਕੋਈ ਜਿਹੜਾ ਸੈਗਮੈਂਟ ਜਾਂ ਪਾਠ ਜਾਂ ਸਬਕ ਕੁਝ ਵੀ ਤੁਸੀਂ ਕਹਿ ਲਓ ਸਭ ਕੋ ਬਣਾਵਾਂ ਤੇ ਉਹ ਆਪਾਂ ਸ਼ੁਰੂ ਕਰਾਂਗੇ ਤੇ ਤੁਸੀਂ ਕੋਈ ਵੀ ਹੋਰ ਜਿਹੜਾ ਕੋਈ ਟੌਪਿਕ ਤੁਹਾਨੂੰ ਚਾਹੀਦਾ ਉਹ ਮੈਨੂੰ ਦੱਸੋ ਜਿਹੜੀ ਲਿਖਣੀ ਪੜ੍ਹਨੀ ਪੰਜਾਬੀ ਉਹ ਤਾਂ ਖੈਰ ਆਪਾਂ ਸਭ ਕੁਝ ਜਿਹੜੇ ਉਹ ਬਣਾਉਂਦੇ ਰਹਿਣਾ ਤੇ ਇੱਕ ਵਾਰ ਫੇਰ ਤੁਹਾਡਾ ਦੇਖਣ ਲਈ ਧੰਨਵਾਦ ਜਿੰਦੇ ਬਸਤੇ ਰਹੋ ਖੁਸ਼ ਰਹੋ